ਜਦੋਂ ਸਿੱਧੂ ਮੂਸੇ ਵਾਲੇ ਦਾ ਦੂਜਾ ਗਾਣਾ ਆ ਗਿਆ ਸੀ ਨਾ ਉਦੋਂ ਤੋਂ ਮੈਂ ਵੀਡੀਓ ਪਾਉਂਦਾ ਹੁੰਦਾ ਸੀ ਵੀ ਇਹਦੇ ਵਰਗਾ ਕੋਈ ਬੰਦਾ ਹੈ ਨਹੀਂ ਪਰ ਲੋਕ ਜ਼ਿਆਦਾਤਰ ਪੰਜਾਬ ਹੁਣ ਕੋਈ ਕੁਝ ਇੱਕ ਕਿੱਲਾ ਪੈਲੀ ਦਾ ਬਾਈ ਦੀਆਂ ਨਹੀਂ ਆ ਜਮਾ ਇੱਥੇ ਇਹਨਾਂ ਨੇ ਬਾਈਆਂ ਨੇ ਅਮਰੂਦ ਲਾਇਆ ਇੱਕ ਕਿੱਲਾ ਤੇ ਇਹਨਾਂ ਨੇ ਕੋਈ ਇਹ ਵੀ ਹੈ ਨਹੀਂ ਆ ਵੀ ਜਿਵੇਂ ਅੱਜ ਕੱਲ੍ਹ ਅਗਲਾ ਕਹਿੰਦਾ ਯਾਰ ਫੋਟੋ ਪਾ ਦਿੰਨੇ ਆ ਆਪਾਂ ਇਹਨਾਂ ਦਾ ਮੁੰਡਾ ਹੈਗਾ ਦੀਪ ਬਾਈ ਉਹ ਮਨੀਲਾ ਰਹਿੰਦਾਗਾ ਉਹ ਬਾਈ ਦਾ ਬਹੁਤ ਦਿਨਾਂ ਦਾ ਮੈਨੂੰ ਫੋਨ ਕਰੀ ਜਾਂਦੇ ਸੀਗੇ ਤੇ ਵੀ ਜ਼ਰੂਰੀ ਆ ਵੀ ਅਸੀਂ ਲਾਉਣੀ ਲਾਉਣਾ ਬਾਗ ਤੇ ਆ ਉਹਨਾਂ ਨੇ ਲਾਇਆ ਬਾਈਆਂ ਨੇ ਲੱਖ ਰੁਪਈਆ ਦਾ ਬਾਈ ਕਹਿੰਦਾ ਮਰ ਲਾਗਾ ਤੇ ਪਰ ਜਿਹੜੇ ਬਾਈ ਆ ਐਨ ਆਰ ਆਈ ਜਿਵੇਂ ਦੀਪ ਬੈਠਾ ਥੋੜਾ ਜਿਹੜੇ ਮੰਨ ਲਓ ਵੀ ਅੱਜ ਕੱਲ ਤਾਂ ਹਰੇਕ ਹੀ ਸਿਆਣਾ ਹੋ ਗਿਆ ਤੁਸੀਂ ਪਾਣੀ ਸਾਡਾ ਥੱਲੇ ਵਗ ਗਿਆ ਖਾਣਾ ਕਿਸੇ ਨੇ ਹੋਰ ਆ ਇਸ ਤਾਂ ਮੱਛੇ ਵਾਲੇ ਦਿਨ ਕਿਤੇ ਧਰਦੇ ਆ ਝੋਨਾ ਤੁਹਾਨੂੰ ਪਤਾ ਹੀ ਆ ਖੀਰ ਬਣਾਉਨੇ ਆ ਬਾਈ ਇਹ ਝੋਨੇ ਨੇ ਆਪਣਾ ਦਾ ਨੁਕਸਾਨ ਹੀ ਕਰਿਆ ਪਾਣੀ ਆਪਣੇ ਕੋਲ 10-12 ਸਾਲਾਂ ਦਾ ਰਹਿ ਗਿਆ ਹੁਣ ਨਾਸਲਾਂ ਦੀ فاਸਲਾਂ ਦੀ ਸਾਰੀ ਆਪਣੀ ਅਗਲੀ ਲੜਾਈ ਮੰਨ ਲਓ ਚੱਲ ਪਈ। ਹੁਣ ਵਿੱਚ ਲੋਕ ਕਹਿੰਦੇ ਆ ਮੂੰਗੀ ਬੀਜ ਜੀ ਨਰਮਾ ਬੀਜਾ ਉਹਨੇ ਸਾਨੂੰ ਕੀ ਦਿੱਤਾ? ਕੁਝ ਨਹੀਂ ਬਣਿਆ ਉਹਦਾ। ਸਾਨੂੰ ਇਹ ਕਰਨਾ ਪੈ ਰਿਹਾ ਝੋਨਾ ਲਾਉਣਾ ਪੈ ਰਿਹਾ। ਅੰਦਰੋਂ ਕੋਈ ਕਿਸਾਨ ਨਹੀਂ ਖੁਸ਼ ਜਰਾ। ਸਾਨੂੰ ਸਿੱਧੂ ਮੂਸੇ ਵਾਲੇ ਦੀ ਮਾਤਾ ਜੀ ਨੇ ਸਾਡੀ ਵੀ ਮਾਤਾ ਹੀ ਆ। ਉਹਨਾਂ ਨੇ ਭੋਗ ਤੇ ਬੋਲਿਆ ਸੀਗਾ ਵੀ ਸਿੱਧੂ ਦੀ ਯਾਦ ਵਿੱਚ ਤੁਸੀਂ ਵਾਤਾਵਰਨ ਬਹੁਤ ਖਰਾਬ ਹੋ ਰਿਹਾ ਵੀ ਤੁਸੀਂ ਬੂਟੇ ਲਾਓ। ਉਹਨਾਂ ਨੇ ਬੋਲਿਆ ਸੀਗਾ ਉਸ ਤੋਂ ਬਾਅਦ ਸਾਰੇ ਪੰਜਾਬ 'ਚ ਇਹੋ ਜਿਹੀ ਮਹਿੰਮ ਚੱਲੀ ਆ ਵੀ ਸਿੱਧੂ ਨੂੰ ਲੋਕ ਯਾਦਗਾਰ ਕਰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਬੂਟੇ ਲਾ ਰਹੇ ਆ ਹਨਾ ਤੇ ਜ਼ਿਆਦਾਤਰ ਬੂਟੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਸਾਰੀ ਕਹਿ ਰਿਹਾ ਵਾਤਾਵਰਣ ਪ੍ਰੇਮੀ ਵੀ ਬੂਟੇ ਇਹੋ ਜਿਹੇ ਲਾਓ ਜਿਹਦੇ ਨਾਲ ਵਾਤਾਵਰਣ ਸਾਫ਼ ਹੋਵੇ ਸਜਾਵਟੀ ਬੂਟਿਆਂ ਨਾਲੋਂ ਵੀ ਫਲਾਂ ਦੇ ਬੂਟੇ ਲਾਏ ਜਾਣ ਨਾਲੇ ਤਾਂ ਬੰਦਾ ਫਲ ਖਾ ਲੈਂਦਾਗਾ ਨਾਲੇ ਮੰਨ ਲਓ ਕਮਾਈ ਦਾ ਸਾਧਨ ਵੀ ਹੋ ਸਕਦਾ ਤੇ ਨਾਲੇ ਵਾਤਾਵਰਨ ਸਾਫ਼ ਹੋ ਸਕਦਾ ਉਹਨਾਂ ਨੇ ਭੋਗ ਤੇ ਵੱਡਾ ਜਿਗਰਾ ਕਰਕੇ ਕਿਹਾ ਸੀ ਵੀ ਆਪਣਾ ਵਾਤਾਵਰਨ ਪਲੀਤ ਹੋ ਰਿਹਾ ਬਹੁਤ ਜ਼ਿਆਦਾ ਤੇ ਉਹਦੇ ਲਈ ਆਪਾਂ ਨੂੰ ਬੂਟੇ ਲਾਉਣੇ ਬਹੁਤ ਜ਼ਰੂਰੀ ਆ ਪੰਜਾਬ 'ਚ ਬਹੁਤ ਵੱਡੀ ਮਹਿਮਾ ਚੱਲ ਰਹੀ ਆ ਇੱਕ ਕਿਲਾ ਪੈੜੀ ਦਾ ਬਾਈ ਦੀਆਂ ਨਹੀਂ ਆ ਜਮਾ ਇੱਥੇ ਬੁਰਜਥ ਰੋਡ ਪਿੰਡ ਖੜੇ ਆ ਜ਼ਿਲ੍ਹਾ ਬਠਿੰਡਾ ਬਾਈਆਂ ਨਾਲ ਵੀ ਗੱਲ ਕਰਾਉਂਗਾ ਮੈਂ ਇਹਨਾਂ ਨੇ ਬਾਈਆਂ ਨੇ ਅਮਰੂਦ ਲਾਇਆ ਇੱਕ ਕਿਲਾ ਤੇ ਇਹਨਾਂ ਨੇ ਕੋਈ ਇਹ ਵੀ ਹੈ ਨਹੀਂ ਆ ਵੀ ਜਿਵੇਂ ਅੱਜ ਕੱਲ੍ਹ ਅਗਲਾ ਕਹਿੰਦਾ ਯਾਰ ਫੋਟੋ ਪਾ ਦਿੰਨੇ ਆ ਆਪਾਂ ਤੇ ਵੀ ਬੂਟਾ ਲਾਤਾ ਵੀ ਉਹ ਗੱਲ ਵੀ ਇਹਨਾਂ ਦੀ ਨੈਟ ਵਾਲੀ ਗੱਲ ਨਹੀਂ ਹੈਗੀ ਇਹਨਾਂ ਦਾ ਮੁੰਡਾ ਹੈਗਾ ਦੀਪ ਬਾਈ ਉਹ ਮਨੀਲਾ ਰਹਿੰਦਾਗਾ ਉਹ ਬਾਈ ਦਾ ਬਹੁਤ ਦਿਨਾਂ ਦਾ ਮੈਨੂੰ ਫੋਨ ਕਰੀ ਜਾਂਦੇ ਸੀਗੇ ਤੇ ਵੀ ਜ਼ਰੂਰੀ ਆ ਵੀ ਅਸੀਂ ਲਾਉਣੀ ਲਾਉਣਾ ਬਾਗ ਤੇ ਆ ਉਹਨਾਂ ਨੇ ਲਾਇਆ ਬਾਈਆਂ ਨੇ ਇਹ ਵੀ ਗੱਲ ਹੈ ਨਹੀਂ ਵੀ ਇੱਕ ਦੇ ਜਿਹੜੇ ਦਿਨ ਲਾਇਆ ਉਦੋਂ ਹੀ ਸਾਨੂੰ ਸੱਦ ਲਿਆ ਇਹ ਗੱਲ ਵੀ ਹੈ ਨਹੀਂ ਪਹਿਲਾਂ ਇਹਨਾਂ ਨੇ ਚਲਾਇਆਗਾ ਆ ਦੇਖੋ ਤੁਸੀਂ ਆਪ ਦੇਖੋ ਪੂਰੇ ਵਧੀਆ ਦੇ ਬੂਟੇ ਹੋਏ ਹੋਏ ਆ ਆਹ ਦੇਖੋ ਕਿੱਲਾ ਲਾਇਆ ਹੋਇਆ ਹੈਗਾ ਆਹ ਦੇਖੋ ਮੈਂ ਤਾਂ ਭਾਈ ਮੈਂ ਸ਼ੁਰੂ ਤੀ ਜਦੋਂ ਸਿੱਧੂ ਮੂਸੇ ਵਾਲੇ ਦਾ ਦੂਜਾ ਗਾਣਾ ਆ ਗਿਆ ਸੀ ਨਾ ਉਦੋਂ ਤੋਂ ਮੈਂ ਵੀਡੀਓ ਪਾਉਂਦਾ ਹੁੰਦਾ ਸੀ ਵੀ ਇਹਦੇ ਵਰਗਾ ਕੋਈ ਬੰਦਾ ਹੈ ਨਹੀਂ ਪਰ ਲੋਕ ਜ਼ਿਆਦਾਤਰ ਪੰਜਾਬ ਹੁਣ ਕੋਈ ਕੁਸ਼ ਮਰਜੀ ਗਈ ਉਹ ਜ਼ਿਆਦਾਤਰ ਪੰਜਾਬ ਉਹਦੇ ਉਲਟ ਚੱਲਦਾ ਰਿਹਾ ਪਰ ਜਦੋਂ ਬੰਦਾ ਦੁਨੀਆ ਤੋਂ ਤੁਰ ਜਾਂਦਾ ਉਹਦੀ ਆਪਣੀ ਪੰਜਾਬੀ ਅਸਲ ਕਹਿੰਦੇ ਵੀ ਉਹ ਘੈਂਟ ਸੀ ਬੰਦਾ ਹਨਾ ਪਰ ਮੈਂ ਤੁਹਾਨੂੰ ਇਹ ਕਹਿਣਾ ਵੀ ਜਾਂਦੇ ਬੰਦੇ ਦੀ ਹਰ ਇੱਕ ਦੀ ਕਦਰ ਪਾਇਆ ਕਰੋ ਇਹ ਸੰਯੋਗ ਕਰਿਆ ਕਰੋ ਯਾਰ ਜਿਹੜਾ ਵੀ ਬੰਦਾ ਸਮਾਜ ਲਈ ਚੰਗੇ ਕੰਮ ਕਰਦਾ ਨਾ ਉਹਦੇ ਨਾਲ ਖੜਿਆ ਕਰੋ ਆ ਦੇਖੋ ਪੂਰੇ ਵਧੀਆ ਇੱਕ ਕਿਲਾ ਹੈ ਪੂਰਾ ਨਈਂ ਚੰਨ ਵਾਲੇ ਬਾਈਆਂ ਨੇ ਪੂਰਾ ਵਧੀਆ ਇਹਨਾਂ ਨੇ ਕਿਹਾ ਵੀ ਅਸੀਂ ਪਾਲਾਂਗੇ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਬਾਈਆਂ ਨਾਲ ਵੀ ਗੱਲਬਾਤ ਕਰਾਉਣਾ ਮੈਂ ਆਇਓ ਹੋਰ ਬਾਈ ਜੀ ਠੀਕ ਰਾਕ ਹਾਂਜੀ ਠੀਕ ਹੋ ਠੀਕ ਹੋ ਬਾਈ ਇਹੇ ਬਾਈ ਫਿਰ ਕੀ ਸੋਚ ਕੇ ਬਾਈ ਨਦੀਪ ਨੇ ਕਿਹਾ ਵੀ ਲਾਉਣੀ ਲਾਉਣਾ ਆਪਾਂ ਤੇ ਬਾਈ ਜੀ ਸਿੱਧੂ ਮੂਸੇ ਵਾਲੇ ਦੀ ਯਾਦ ਚ ਉਹਨਾਂ ਨੇ ਸੋਚਿਆ ਇਹ ਪਹਿਲਾਂ ਆਪਾਂ ਵਾਤਾਵਰਨ ਨੂੰ ਸਾਫ਼ ਕਰਨ ਵਾਸਤੇ ਰੁੱਖ ਲਾਉਣੇ ਆ ਫਿਰ ਇਹ ਸੋਚਿਆ ਵੀ ਫਲਾਂ ਦੇ ਬੂਟੇ ਲਾ ਲਈਏ ਫਿਰ ਅਸੀਂ ਇੱਥੇ ਅਮਰੂਦ ਦੇ ਬੂਟੇ ਤੇ ਅੰਬ ਵੀ ਲਾਏ ਆ ਅਸੀਂ ਔਲਾ ਵੀ ਲਾਇਆ ਹੈ ਬਕੀਤੇ ਵੀ ਲਾਇਆ ਹੈ ਤੇ ਤਾਂ ਕਰਕੇ ਫਿਰ ਅਸੀਂ ਇਹ ਸਾਰੇ ਬੂਟੇ ਜਾਮਣ ਵੀ ਲਾਈ ਆ ਬਹੁਤ ਵਧੀਆ ਬਾਈ ਤੇ ਜ਼ਰੂਰੀ ਆ ਲਾਉਣੇ ਵਾਤਾਵਰਨ ਨੂੰ ਪਤਾ ਕਿੰਨਾ ਪਲੀਤ ਹੋ ਰਿਹਾ ਜ਼ਰੂਰੀ ਆ ਬੂਟੇ ਆਪਾਂ ਕਰੋਨਾ ਵੇਲੇ ਭੱਜੇ ਫਿਰਦੇ ਸੀ ਆਕਸੀਜਨ ਦਾ ਕਰਕੇ ਵੀ ਆਕਸੀਜਨ ਨਹੀਂ ਮਿਲ ਰਹੀ ਅੱਜ ਕੱਲ ਜਿਆਦਾਤਰ ਬਾਈ ਸਾਰਿਆਂ ਨੂੰ ਹੀ ਪਤਾਗਾ ਵਿੱਚੀ ਮੈਲ ਲਾ ਲੋ ਸਾਰੀ ਲਾ ਲੋ ਆਪਾਂ ਵੀ ਜੇ ਕਿਸੇ ਦਾ ਚਾਉ ਵੜ ਜਾ ਨਾ ਵੀ ਚਾਉ ਵੜਦੀ ਆ ਹਲਦੀ ਵੀ ਪਟਕੇ ਮਾਰੂ ਯਾਰ ਉਹ ਬਹੁਤ ਮਾੜੀ ਗੱਲ ਆ ਠੀਕ ਆ ਵੀ ਝੋਨੇ ਨੇ ਆਪਣੇ ਅੱਗੇ ਨਰਮਿਆਂ ਚ ਆਮ ਖੜੇ ਹੁੰਦੇ ਸੀ ਆਪਣੇ ਵੱਡੇ ਦਰਖਤ ਪਰਾਣੇ ਜਿਵੇਂ ਟਾਲੀ ਲਾ ਲਓ ਨਹਿਮ ਨਾਲੋ ਸਾਰੇ ਖੜੇ ਹੁੰਦੇ ਨਰਮਿਆਂ ਚ ਪਰ ਹੁਣ ਲੋਕਾਂ ਨੇ ਮੰਨ ਲਓ ਵੀ ਝੋਨੇ ਦਾ ਨੁਕਸਾਨ ਹੁੰਦਾ ਜਾਂ ਜਿਵੇਂ ਮਰਜੀ ਲਾ ਲਓ ਯਾਰ ਗਰਜਾਂ ਹੁੰਦੀਆਂ ਨਿੱਜੀ ਜਿਵੇਂ ਮੈਂ ਵੀ ਮੰਨ ਲਓ ਕਹਿ ਦੂੰ ਵੀ ਯਾਰ ਇੱਥੋਂ ਆ ਪੱਟ ਦਿਓ ਇੱਚ ਦਾ ਯਾਰ ਦੋ ਮਾਣ ਝੋਨਾ ਨਾ ਮਰ ਜਾਏ ਇਹ ਮੰਨ ਲਓ ਨਿੱਜੀ ਗਰਜਾਂ ਕਰਕੇ ਲੋਕ ਪੱਟ ਰਿਹਾ ਹਾਲਾਂਕਿ ਦਰਾਖਤ ਤੁਹਾਨੂੰ ਪਤਾ ਹੀ ਹੈ ਵੀ ਇਹਦਾ ਗਰਬਾਣੀ ਚ ਵੀ ਇਹਨਾਂ ਨੂੰ ਕਿੰਨਾ ਵੱਡਾ ਦਰਜਾ ਦਿੱਤਾ ਹੋਇਆ ਹੈ ਦਰਾਖਤਾਂ ਬਾਰੇ ਕਿਹਾ ਗਿਆ ਹੈਗਾ ਵੀ ਇਹ ਜ਼ਰੂਰੀ ਹੈ ਇਹ ਆਪਣਾ ਇੱਕ ਅੰਗ ਆ ਕੱਲ ਐਸੀ ਇੱਥੇ ਸੇਲਵਰ ਆ ਇੱਥੇ ਪਿੰਡ ਚ ਜੰਗਲ ਲਾਇਆ ਇੱਕ ਬਾਬਾ ਖੰਡੂਰ ਸਾਹਿਬ ਤੋਂ ਆਇਆ ਸੀ ਮੈਂ ਕੱਲ ਵੀ ਵੀਡੀਓ ਪਾਈ ਸੀ ਬਾਈ ਲੱਖੇ ਸਧਾਣੇ ਵਰਗੇ ਵੀ ਸੀ ਉਹ ਬਾਬਾ ਸਾਨੂੰ ਦੱਸਣ ਲੱਗ ਗਿਆ ਕਹਿੰਦਾ ਜਿਹੜਾ ਹਕਾਗ ਆ ਨਾ ਇਹਦਾ ਵੀ ਕਹਿੰਦਾ ਜਿਹੜੇ ਮਨੁੱਖ ਦਾ ਜੀਵਨ ਆ ਉਹਦੇ ਚ ਫਾਇਦੀ ਫਾਇਦਾ ਹੈਗਾ ਮੰਨ ਲਓ ਇੱਕ ਤੁਸੀਂ ਦੇਖਿਆ ਹੋਵੇ ਕਈ ਵਾਰ ਕੁੱਤਾ ਬਿਮਾਰ ਹੋ ਜਾਏ ਉਹ ਕਾ ਖਾ ਕੇ ਉਲਟੀ ਕਰਕੇ ਫੇਰ ਠੀਕ ਹੁੰਦਾ ਲੈ ਕੇ ਉੱਥੋਂ ਆਪਾਂ ਅਕਾ ਤੋਂ ਲੈ ਕੇ ਹਰ ਇੱਕ ਦਰਖਤ ਦਾ ਆਪਣੇ ਕਿਤੇ ਨਾ ਕਿਤੇ ਆਪਾਂ ਨੂੰ ਮਨੁੱਖੀ ਜੀਵਨ 'ਚ ਫਾਇਦੀ ਫਾਇਦਾ ਹੈਗਾ ਜਿਵੇਂ ਉਹਨੇ ਬਾਬੇ ਨੇ ਤਿੰਨ ਦਰਖਤ ਦੱਸੇ ਸੀ ਇੱਕ ਕੜੀ ਪੱਤਾ ਇੱਕ ਸਾਂਹ ਜਨੇ ਦਾ ਬੂਟਾ ਇੱਕ ਹੋਰ ਤਿੰਨ ਦੱਸੇ ਸੀਗੇ ਉਹ ਬਾਬਾ ਕਹਿੰਦਾ 250 ਬਿਮਾਰੀ ਦਾ ਇਲਾਜ ਕਰਦੇ ਇਹ ਜੇ ਘਰੇ ਆਪਾਂ ਲਾ ਕੇ ਇਹਦੇ ਰਾਈਂ ਸਾਹ ਲਈਏ ਪਰ ਲੋਕ ਅੱਜ ਕੱਲ ਉਲਟ ਚੱਲ ਰਹੇ ਆ ਵੀ ਵੱਢ ਰਹੇ ਆ ਉਹ ਬਹੁਤ ਮਾੜੀ ਗੱਲ ਆ ਭਾਈ ਵੀਡੀਓ ਪੱਕਾ ਸ਼ੇਅਰ ਕਰ ਦਿਓ ਖਿੱਚ ਕੇ ਆ ਦਿਖਾਣਾ ਸਾਨੂੰ ਆ ਅਮਰੂਦਾਂ ਦੇ ਬੂਜੇ ਬਾਈਆਂ ਨੇ ਕਿਲਾ ਲਾਇਆ ਇੱਥੇ ਲਾ ਪੂਰੇ ਵਧੀਆ ਚੱਲ ਪਏ ਤੇ ਬਾਈ ਪੂਰੇ ਵਧੀਆ ਇਹਨਾਂ ਨੂੰ ਪਾਲਣ-ਭੋਸਣਗੇ ਆਏ ਨਹੀਂ ਹੈਗਾਗਾ ਵੀ ਉਹੀ ਲੈ ਕੇ ਲਾਤਾ ਆਹ ਦੇਖੋ ਹਾਂ ਹਾਂ ਭਾਈ ਇਹ ਨੇਹੀ ਆ ਪਿੰਡ 'ਚ ਮੈਂ ਦੱਸਿਆਗਾ ਵੀ ਇੱਥੇ ਦਾ ਮੰਨ ਲਓ ਵੀ ਪੂਰਾ ਮਹਿੰਗਾ ਸਿਸਟਮ ਆ ਹਾਂ ਲੱਖ ਰੁਪਈਆ ਦਾ ਬਾਈ ਕਹਿੰਦਾ ਮਰਲਾਗਾ ਤੇ ਪਰ ਜਿਹੜੇ ਬਾਈ ਆ ਐਨ ਆਰ ਆਈ ਜਿਵੇਂ ਦੀਪ ਬੈਠਾ ਸੋਡਾ ਜਿਹੜੇ ਮੰਨ ਲਓ ਵੀ ਅੱਜ ਕੱਲ ਤਾਂ ਹਰੇਕ ਹੀ ਸਿਆਣਾ ਹੋਗਾ ਤੁਸੀਂ ਵੀ ਜਾ ਕਰਕੇ ਹੋਏ ਹੋ ਮੰਨ ਲਓ ਜਿਹੜੇ ਬਾਹਰ ਬੈਠੇ ਆ ਉੱਥੇ ਉਹ ਜਦੋਂ ਦੇਖਦੇ ਆ ਆਪਦਾ ਮਾਹੌਲ ਦਰਾਖਤ ਲੱਗੇ ਜਾਂ ਹੋਰ ਉਹਨਾਂ ਨੂੰ ਬੜੀ ਖਿੱਚ ਰਹੀਦੀ ਆ ਮੈਨੂੰ ਦੀਪ ਰੋਜ਼ ਇਹੀਂ ਫੋਨ ਕਰਦਾ ਰਿਹਾ ਵੀ ਯਾਰ ਬਾਈ ਅਸੀਂ ਲਾਇਆਗਾ ਤੇ ਜਾ ਕੇ ਹੀ ਪੱਕਾ ਪਿੰਡ ਮਾਹ ਕੋਈ ਗੱਲ ਹੀ ਨਹੀਂ ਭਰਾ ਜਾ ਕੇ ਆਵਾਂਗੇ ਆ ਦੇਖੋ ਆ ਦੇਖੋ ਬਾਈ ਕਿਲਾ ਹੈਗਾ ਇਹ ਪੂਰਾ ਨਹੀਂ ਆ ਬਾਈ ਕਹਿੰਦਾ ਲੱਖ ਨੂੰ ਮਾਰ ਲੈ ਇੱਥੇ ਆ ਦੇਖੋ ਹਾਂ ਝੋਨਾ ਦਾ ਬਾਈ ਅਸੀਂ ਕਹਿ ਨਹੀਂ ਆ ਵੀ ਖਤਰਨਾਕ ਆ ਯਾਰ ਬਦਲੀ ਹੋ ਜੇ ਹਨਾ ਇਹ ਤਾਂ ਥੱਲੇ ਰੇ ਸਪਰੇ ਮੰਨ ਲਓ ਵੀ ਕੈਂਸਰ ਹੋ ਰਿਹਾਗਾ ਸਾਨੂੰ ਬਚਿਆ ਕੀ ਆ ਯਾਰ ਪਾਣੀ ਸਾਡਾ ਥੱਲੇ ਵਗ ਗਿਆ ਖਾਣਾ ਕਿਸੇ ਨੇ ਹੋਰ ਆ ਇਸ ਤਾਂ ਮੱਛੇ ਵਾਲੇ ਦਿਨ ਕਿਤੇ ਧਰਦੇ ਆ ਝੋਨਾ ਤੁਹਾਨੂੰ ਪਤੀ ਆ ਖੀਰ ਬਣਾਉਨੇ ਆ ਨਹੀਂ ਜ਼ਿਆਦਾਤਰ ਤਾਂ ਨੁਕਸਾਨ ਹੀ ਆਦਾ ਬਈ ਬਣਦੇ ਹੋ ਤੁਸੀਂ ਆਪਾਂ ਤਾਂ ਮੱਛੇ ਵਾਲੇ ਦੇ ਨਹੀਂ ਧਰਦੇ ਆ ਇਹ ਖਾਣਾ ਕਿਸੇ ਨੇ ਕਰਨਾ ਕਿਸੇ ਨੇ ਆ ਜੇ ਆਪਾਂ ਨੂੰ ਸਰਕਾਰ ਪੱਕੀ ਖੇਤੀ ਹੋਣ ਲੱਗ ਜੇ ਆਪਾਂ ਨੂੰ ਲੋੜ ਹੀ ਨਹੀਂ ਆਪਾਂ ਨੂੰ ਲਾਉਣਾ ਪੈ ਰਿਹਾ ਇਹ ਮਜਬੂਰੀ ਚ ਕੰਨਦਨੀ ਸਾਲ ਚ ਹਾਂਜੀ ਆਪਣੇ ਤਾਂ ਇੱਕ ਘਰ ਦੋ ਹਾਂ ਇੱਕ ਘਰ ਖੰਦਨੀ ਬਾਈ ਇਹ ਝੋਨੇ ਨੇ ਆਪਣਾ ਦਾ ਨੁਕਸਾਨ ਹੀ ਕਰਿਆ ਪਾਣੀ ਆਪਣੇ ਕੋਲ 10-12 ਸਾਲਾਂ ਦਾ ਰਹਿ ਗਿਆ ਹੁਣ ਨਸਲਾਂ ਦੀ ਫਾਸਲਾਂ ਦੀ ਸਾਰੀ ਆਪਣੀ ਅਗਲੀ ਲੜਾਈ ਮੰਨ ਲਓ ਚੱਲ ਪਈ ਹੁਣ ਵਿੱਚ ਲੋਕ ਕਹਿੰਦੇ ਯਾਰ ਬਈ ਆ ਹੜ ਆ ਗਏ ਯਾਰ ਪਾਣੀ ਤਾਂ ਇੰਨਾ ਫਿਰਦਾ ਬਾਈ ਜੀ ਉਹ ਪਾਣੀ ਖਰਾਬ ਆ ਉਹ ਤਾਂ ਕੀ ਕਰੀਏ ਅਸਲ ਸਾਫ ਪਾਣੀ ਕਿੱਥੇ ਰਹਿ ਗਿਆ ਆ ਸ਼ਰਾਬ ਫੈਕਟਰੀ ਦਾ ਤੁਸੀਂ ਦੇਖਿਆ ਮੋਰਚਾ ਲੱਗਿਆ ਹੋਇਆ ਜੀਰੇ ਉਹ ਥੱਲੇ ਗੰਦਾ ਪਾਣੀ ਪਈਦਾ ਸਾਡੇ ਕੋਲ ਧੌਲੇ ਵਾਲੀ ਫੈਕਟਰੀ ਆ ਵੱਡੇ ਵੱਡੇ 25 25 ਫੁੱਟ ਬੋਰ ਕਰਕੇ ਥੱਲੇ ਗੰਦ ਜਾ ਰਿਹਾਗਾ ਬੁਰੀ ਹਾਲ ਤਾਂ ਪਾਣੀ ਥੋੜਾ ਰਹਿ ਗਿਆ ਸਾਫ ਉ ਪਾਣੀ ਬਹੁਤ ਆ ਚਲੋ ਮੰਨ ਲੈਨੇ ਤੁਸੀਂ ਕਹਿੰਦੇ ਵੀ ਪਾਣੀ ਫਿਰਦਾਗਾ ਲੋਕ ਕਹਿਣ ਲੱਗ ਜਾਂਦੇ ਵੀ ਪਾਣੀ ਬਹੁਤ ਫਿਰਦਾਗਾ ਵੀ ਕੁਦਰਤ ਦਾ ਨਿਯਮਾ ਵੀ ਨਹੀਂ ਪਾਣੀ ਮੁਗਦਾ ਸੀ ਮੰਨਦੇ ਆ ਪਰ ਸਾਫ ਕਿੰਨਾ ਰਹਿ ਗਿਆ ਪੀਣ ਨਾਲ ਤਾਂ ਥੋੜੀ ਰਹਿ ਗਿਆ ਨੇ ਖਰਾਬ ਕਿੰਨਾ ਕਰ ਲਿਆ ਆ ਝੋਨੇ ਚ ਪਰ ਇਹ ਸਪਰੇ ਸਿੱਟਦੇ ਨੇ ਥੱਲੇ ਜਾ ਰਿਹਾ ਹੁਣ ਅਸੀਂ ਕਰੀਏ ਕੀ ਸਾਨੂੰ ਇਹ ਬੀਜਣਾ ਪੈ ਰਿਹਾ ਪੱਕੀ ਖੇਤੀ ਨਹੀਂ ਕੋਈ ਮੂੰਗੀ ਬੀਜ ਜੀ ਨਰਮਾ ਬੀਜ ਜ ਉਹਨੇ ਸਾਨੂੰ ਕੀ ਦਿੱਤਾ ਕੁਛ ਨਹੀਂ ਬਣਿਆ ਉਹਦਾ ਸਾਨੂੰ ਇਹ ਕਰਨਾ ਪੈ ਰਿਹਾ ਝੋਨਾ ਲਾਉਣਾ ਪੈ ਰਿਹਾ ਅੰਦਰੋਂ ਕੋਈ ਕਿਸਾਨ ਨਹੀਂ ਖੁਸ਼ ਜਰਾ ਸਾਨੂੰ ਅਸੀਂ ਪਹਿਲਾਂ ਨਰਮਾ ਬੀਜਦੇ ਹੁੰਦੇ ਸੀ ਸਾਡੀ ਕਿੰਨਾ ਵਧੀਆ ਪਾਈਚਾਰਾ ਸੀ ਸਾਡੇ ਮਜ਼ਦੂਰ ਸਾਡੇ ਨਾਲ ਨਰਮਾ ਚਗਾਉਣ ਆਉਂਦੇ ਸੀ ਕਿੰਨੀਆਂ ਵਧੀਆ ਰੌਣਕਾਂ ਸੀ ਹੁਣ ਸਾਨੂੰ ਘਰੇ ਬਾਈਆਂ ਨਾਲ ਮੈਂ ਗੱਲ ਕਰੀ ਜਾਂਦੇ ਸੀ ਘਰੇ ਵੀ ਉਹਨੂੰ ਸ਼ੂਗਰ ਆ ਯਾਰ ਉਹਨੂੰ ਬਿਮਾਰੀ ਜਦੋਂ ਅਸੀਂ ਵਿਹਲੇ ਹੋ ਗਏ ਪਹਿਲਾਂ ਤਾਂ ਸਿਆਲ ਚ ਟਿੰਡੇ ਪਾਏ ਹੁੰਦੇ ਸੀ ਕੋਠਾਂ ਤੇ ਸਣੇ ਸਾਡੀਆਂ ਬੁੜੀਆਂ ਅਸੀਂ ਸਾਰੇ ਚੁਗੀ ਜਾਂਦੇ ਰਹਿੰਦੇ ਸੀ ਕੰਮ ਹੁੰਦਾ ਸੀ ਇਹ ਬੰਦੇ ਨੂੰ ਹੁਣ ਅਸੀਂ ਇੰਨੇ ਵੇਲੇ ਹੋ ਗਏ ਵੀ ਖਾਈ ਪੀ ਹੋਣਾ ਜਾਂਦੇ ਆ ਉਂ ਵੇਲੇ ਆ ਮਸ਼ੀਨਰੀ ਹੋ ਗਈ ਕੰਮ ਤੇ ਬਿਮਾਰੀਆਂ ਦਾ ਘਰ ਹੋ ਗਿਆ ਅਸੀਂ ਕਦੋਂ ਕਹਿੰਦੇ ਆ ਵੀ ਜਰ ਝੋਨਾ ਪੰਜਾਬ ਚ ਲੱਗੇ ਇਹ ਤਾਂ ਗੱਲ ਇਹ ਆ ਵੀ ਬਾਈ ਇਹ ਸਾਡੇ ਧੱਕੇ ਨਾਲ ਥੋਪਿਆ ਜਾ ਰਿਹਾ ਵੀ ਜਿੱਥੇ ਪਾਣੀ ਮੁੱਕੇ ਦਾ ਛੇਤੀ ਪੰਜਾਬੀ ਇੱਥੋਂ ਭੱਜ ਜਾਣ ਕੁਝ ਨਸਿਆਂ ਨੇ ਮਾਰ ਤੇ ਕੋਈ ਕਿਵੇਂ ਬਾਹਰਲੇ ਦੇਸ਼ ਨੂੰ ਭੱਜ ਰਹੇ ਆ ਪੱਲੇ ਸਾਡੇ ਕੱਖ ਨਹੀਂ ਰਿਹਾ ਕੁਸਾ ਫੈਕਟਰੀਆਂ ਵਾਲਿਆਂ ਨੇ ਗੰਦ ਪਾਤਾ ਇਹੀ ਗੱਲਾਂ ਬਾਤਾਂ ਸੀ ਬਾਈ ਖਿੱਚ ਕੇ ਸ਼ੇਅਰ ਕਰ ਦਿਓ ਇਹਨਾਂ ਨੇ ਬਾਈ ਨੇ ਦੀਪ ਬਾਈ ਨੇ ਸੰਦੀਪ ਨੇ ਬਹੁਤ ਵਧੀਆ ਮਨੀਲਾ ਵਾਲੇ ਨੇ ਕੰਮ ਕੀਤਾ ਤੇ ਆ ਕਿਲਾ ਇਹਨਾਂ ਨੇ ਮਰੂਦਾਂ ਦਾ ਬਾਗ ਆ ਸਿੱਧੂ ਮੂਸੇ ਵਾਲੇ ਦੀ ਬਾਈ ਦੀ ਜਾਤ ਚਲਾਏਗਾ ਧੰਨਵਾਦ ਜੀ